ਮੁਕੇਰੀਆਂ ਦੇ ਬਾਰ ਨੰਬਰ 10 ਵਿੱਚ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕ ਹੋਏ ਪਰੇਸ਼ਾਨ। ਬਾਰ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਨਗਰ ਪਾਲਿਕਾ ਵੱਲੋਂ ਜੋ ਘਰਾਂ ਨੂੰ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਗੰਦਾ ਪਾਣੀ ਹੈ, ਜਿਸ ਨੂੰ ਪੀਣ 'ਤੇ ਬਹੁਤ ਸਾਰੇ ਲੋਕ ਬਿਮਾਰੀ ਦੀ ਚਪੇਟ ਵਿੱਚ ਆ ਚੁੱਕੇ ਹਨ। ਇੱਥੇ ਤੱਕ ਕਿ ਜੋ ਪਾਣੀ ਸਪਲਾਈ ਹੋ ਰਿਹਾ ਹੈ ਉਹ ਬਹੁਤ ਹੀ ਬਦਬੂਦਾਰ ਹੈ, ਜੋ ਪੀਣ ਦੇ ਕਾਬਲ ਨਹੀਂ ਹੈ। ਇਸ ਲਈ ਉਹਨਾਂ ਨੇ ਪ੍ਰਸ਼ਾਸਨ ਕੋਲ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਜਲ ਵਿਭਾਗ ਦੇ ਅਧਿਕਾਰੀ ਅਸ਼ੋਕ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹ ਇਲਾਕਾ ਨਗਰ ਪਾਲਿਕਾ ਦੇ ਅੰਦਰ ਨਹੀਂ ਆਉਂਦਾ ਹੈ, ਇਹ ਸਪਲਾਈ ਪਬਲਿਕ ਹੈਲਥ ਵੱਲੋਂ ਆਉਂਦੀ ਹੈ, ਇਸ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ। ਉੱਥੇ ਹੀ ਜਦੋਂ ਪਬਲਿਕ ਹੈਲਥ ਵਾਟਰ ਸਪਲਾਈ ਦੇ SDO ਪਰਸ਼ੋਤਮ ਨਾਲ ਗੱਲਬਾਤ ਕੀਤੀ, ਉਹਨਾਂ ਵੱਲੋਂ ਦੱਸਿਆ ਗਿਆ ਕਿ ਸੀਵਰੇਜ ਬੋਰਡ ਵੱਲੋਂ ਜਿਹੜੀ ਪਿੰਡ ਵਿੱਚ ਸੀਵਰੇਜ ਲਾਈਨ ਪਾਈ ਗਈ ਸੀ ਸਾਨੂੰ ਉਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਕੰਮ ਦੌਰਾਨ ਜਿੰਨੀਆਂ ਵੀ ਪਾਣੀ ਦੀਆਂ ਪਾਈਪਾਂ ਸਨ ਉਹ ਤੋੜ ਦਿੱਤੀਆਂ ਗਈਆਂ, ਜਿਸ ਦੇ ਚੱਲਦੇ ਪਾਈਪਾਂ ਲੀਕ ਹੋਣ ਕਰਕੇ ਪਾਣੀ ਗੰਦਲਾ ਆ ਰਿਹਾ ਹੈ ਅਤੇ ਸੀਵਰੇਜ ਬੋਰਡ ਵਾਲੇ ਸਾਡੇ ਨਾਲ ਕੋਈ ਵੀ ਤਾਲਮੇਲ ਨਹੀਂ ਬਣਾ ਰਹੇ ਹਨ। ਸਾਡੇ ਮਹਿਕਮੇ ਵੱਲੋਂ ਚਿੱਠੀਆਂ ਵੀ ਕੱਢੀਆਂ ਗਈਆਂ ਪਰ ਸੀਵਰੇਜ ਬੋਰਡ ਵੱਲੋਂ ਰਿਸੀਵ ਨਹੀਂ ਕੀਤੀਆਂ ਗਈਆਂ। ਜਦ ਸੀਵਰੇਜ ਬੋਰਡ ਅਧਿਕਾਰੀ ਦੀਪਕ ਪੜਿਆਲ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਵੀ ਪੱਲਾ ਝਾੜਦੇ ਹੋਏ ਦੱਸਿਆ ਕਿ ਸਾਨੂੰ ਕਿਸੇ ਵੀ ਇਸ ਮਾਮਲੇ ਵਿੱਚ ਸ਼ਿਕਾਇਤ ਨਹੀਂ ਆਈ ਹੈ। ਹੁਣ ਦੇਖਣਾ ਹੋਵੇਗਾ ਕਿ ਬਾੜ ਦੇ ਲੋਕਾਂ ਨੂੰ ਕਦੋਂ ਸਾਫ਼ ਪਾਣੀ ਮੁਹੱਈਆ ਹੁੰਦਾ। ਮੇਰਾ ਨਾਮ ਕਿਸ਼ਨ। ਹਾਂਜੀ, ਕਿੰਨੇ ਨੰਬਰ ਵਾਰਡ? ਵਾਰਡ ਨੰਬਰ 10। ਹਾਂਜੀ, ਕੀ ਸਮੱਸਿਆ ਗਈ ਸਾਰੇ ਇਕੱਠੇ ਹੋਏ? ਸਮੱਸਿਆ ਇਸ ਤਰ੍ਹਾਂ, 4-5 ਸਾਲ ਤੋਂ ਨਾ ਪਾਣੀ ਦੀ ਬੜੀ ਸਮੱਸਿਆ, ਜਦੋਂ ਆਉਂਦਾ ਗੰਦਾ ਪਾਣੀ ਆਉਂਦਾ। ਕੋਈ 35-40 ਸਾਲ ਹੋ ਗਿਆ ਮੇਰੇ ਪਾਈਪਾਂ ਪਈਆਂ, ਪਾਈਪਾਂ ਖਰਾਬ ਆ, ਇੱਥੇ ਵੀ ਟੋਆ ਉੱਥੇ ਵੀ ਟੋਆ, ਜਿੱਥੇ ਵੀ ਸਫਾਈ ਕਰਦੇ ਨਾ ਕੋਈ, ਉਹ ਮਤਲਬ ਪਾਣੀ ਸਾਫ਼ ਆ ਹੀ ਨਹੀਂ ਰਿਹਾ। ਮਤਲਬ ਕਹਿਣ ਦਾ ਭਾਵ ਇਹ ਆ ਵੀ ਪਾਈਪਾਂ ਖਰਾਬ ਹੈਗੀਆਂ ਅਤੇ ਉਹਦੀ ਵਜ੍ਹਾ ਨਾਲ ਪ੍ਰੋਬਲਮ, ਜਿਹੜਾ ਸੀਵਰੇਜ ਦਾ ਪਾਣੀ ਹੈ ਨਾ ਗੰਦਾ ਨਿਕਾ ਉੱਥੋਂ, ਉਹ ਜਦੋਂ ਪ੍ਰੈਸ਼ਰ ਵੱਜਦਾ ਨਾ ਟੂਟੀ ਦਾ, ਜੋ ਪਾਣੀ ਟੂਟੀ ਦੇ ਵਿੱਚ ਮਿਕਸ ਹੋ ਜਾਂਦਾ, ਅਤੇ ਪ੍ਰੋਬਲਮ ਇਹ ਆ ਵੀ ਬਹੁਤ ਮਾੜੀ ਹਾਲ ਜਿਹਾ। ਪ੍ਰਸ਼ਾਸਨ ਅੱਗੇ ਇਹੋ ਹੀ ਬੇਨਤੀ ਕਰਦੇ ਹਾਂ ਵੀ ਇਹ ਸਾਡਾ ਮਸਲਾ ਹੱਲ ਕੀਤਾ ਜਾਵੇ, ਨਵੀਆਂ ਪਾਈਪਾਂ ਪਾਈਆਂ ਜਾਣ ਤੇ ਇੱਥੋਂ ਬਿਹਤਰ ਕੋਈ ਨਹੀਂ ਹੈਗਾ। ਤੇ ਤੁਸੀਂ ਇਸ ਬਾਰੇ ਕਿਹਨੂੰ ਸ਼ਿਕਾਇਤ ਕੀਤੀ? ਹਾਂਜੀ, ਤੇ ਤੁਸੀਂ ਕੀ ਕਹਿੰਦੇ ਇਸ ਬਾਰੇ ਕਿਹਨੂੰ ਸ਼ਿਕਾਇਤ ਕੀਤੀ? ਸ਼ਿਕਾਇਤ ਮਹਿਕਮੇ ਵਾਲੇ ਆਉਂਦੇ ਆ, ਕਹਿੰਦੇ ਇੱਥੇ ਫਾਲਟ ਆ, ਉੱਥੇ ਫਾਲਟ ਆ, ਉੱਥੇ ਫਾਲਟ ਆ, ਜਿੱਥੋਂ ਮਤਲਬ ਪੁੱਟ ਪੱਟ ਕੇ ਚਲੇ ਜਾਂਦੇ, ਟਾਈਮ ਪਾਸ ਕਰਕੇ ਚਲੇ ਜਾਂਦੇ। ਹਾਂਜੀ, ਟਾਈਮ ਪਾਸ ਕਰਕੇ ਚਲੇ ਜਾਂਦੇ। ਮਤਲਬ ਕਹਿਣ ਦਾ ਭਾਵ ਵੀ ਪ੍ਰਸ਼ਾਸਨ ਅੱਗੇ ਇਹੋ ਬੇਨਤੀ ਕਰਦੇ ਆ ਵੀ ਪਾਈਪਾਂ ਹੀ ਨਵੀਆਂ ਪਾਈਆਂ ਜਾਣ ਤਾਂ ਕਿ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕੇ, ਇਹੋ ਬੇਨਤੀ ਆ। ਹਾਂ, ਕੀ ਸਮੱਸਿਆ ਤੁਸੀਂ? ਗੱਲ ਸਮੱਸਿਆ ਕੀ ਵੀ ਸਾਡੀਆਂ ਨਾਲੀਆਂ ਵਿੱਚ ਆਣ ਕੇ ਇਹਨਾਂ ਨੂੰ ਕਹੋ ਮੂੰਹ ਦੇਖ ਵੇਖੋ, ਹੁਣ ਦਿੱਤਾ ਜਾਂਦਾ ਸਾਡਾ ਹਾਲ ਇੰਨਾ ਕੁ ਮਾੜਾ ਨਾ ਜਿੰਨਾ ਕੁ ਸਭ ਕੁਝ। ਜਦੋਂ ਅਸੀਂ ਜਾਈਏ ਤਾਂ ਉਹਨੇ ਭੇਜੇ ਨੇ ਬੰਦੇ ਤਾਂ ਆਣ ਕੇ ਢੇਰੀਆਂ ਸਾਡੇ ਬੂਹੇ ਚ ਲਾ ਦਿੰਦੇ, ਸਿੱਧੀ ਗੱਲ ਗੰਦ ਨਰਕ ਪਾ ਦਿੰਦੇ ਸਾਡੀਆਂ ਗਲੀਆਂ ਮਹੀਨੇ ਚ ਇੱਕ ਵਾਰ। ਇਹ ਦੇਖੋ ਸਹੀ ਵੀ ਨੀ ਆਣ ਮੂੰਹ ਕਰਦੇ ਨੇ। ਹਾਂਜੀ, ਹੁਣ ਕਾਹਦੀ ਸਮੱਸਿਆ ਹੈਗੀ? ਸਮੱਸਿਆ ਲੈ ਦੇਣੇ ਸਾਰੀ ਸਾਡੇ ਘਰਾਂ ਚ ਜਾਂਦੀ ਆ ਪਾਣੀ, ਇਹਨੂੰ ਕੋਈ ਚਾਜਾ ਆਣ ਕੇ ਦੇਖ ਲੈਣਾ ਆਣ ਕੇ। ਹਾਂਜੀ, ਕੀ ਕਹਿਣਾ ਚਾਹੀਦਾ? ਕੀ ਕਹਿਣਾ ਚਾਹੁੰਦਾ ਚਾਹੀਦਾ ਪਾਣੀ ਸਾਡਾ ਹਾਲ ਹੈ ਵਧੀਆ ਕਰਨਾ ਚਾਹੀਦਾ, ਜਾਣ ਕੇ ਸਾਡਾ ਹਾਲ ਵੇਖ ਲਓ ਵੀ ਕੀ ਹਾਲ ਹੈ। ਠੀਕ ਹੈ। ਹਾਂਜੀ, ਕੀ ਨਾਮ ਆਪਣਾ ਜੀ? ਹਾਲ ਤਾਂ ਦੇਖੇ ਕਰਦੇ ਤੁਸੀਂ ਪਾਪਾ। ਹਾਂਜੀ, ਕੀ ਸਮੱਸਿਆ ਹੈਗੀ ਆਪਣੀ? ਸਮੱਸਿਆ ਇਹੋ ਹੀ, ਸਾਨੂੰ ਪਾਣੀ ਦੀ ਬੜੀ ਆਵਾਜ਼ ਆ ਰਹੀ, ਪਾਣੀ ਦੇਖੋ ਪਾਣੀ ਆਉਂਦਾ ਨਹੀਂ, ਲੈਟ ਨਹੀਂ ਆਉਂਦੀ ਆ ਪਾਣੀ ਰਸਤੇ, ਤੇ ਸਾਨੂੰ ਹਾਲੇ ਵੀ ਹੋਣਾ ਚਾਹੀਦਾ ਵੀ ਕੈਪਾਂ ਨਵੀਆਂ ਪੈਣੀਆਂ ਚਾਹੀਦੀਆਂ ਨੇ, ਵਾਟਰ ਸਪਲਾਈ ਦਾ ਪਾਣੀ ਐਨ ਵਧੀਆ ਸੋਹਣਾ ਆਉਣਾ ਚਾਹੀਦਾ ਜਿਹੜਾ ਪੀਣ ਯੋਗ ਹੋਵੇ। ਠੀਕ ਹੈ, ਤੇ ਤੁਸੀਂ ਇਸ ਬਾਰੇ ਕਿਸੇ ਮਹਿਕਮੇ ਨੂੰ ਨਹੀਂ ਕੀਤਾ? ਸਾਰਿਆਂ ਨੂੰ ਕਿਹਾ। ਹਾਂਜੀ, ਕੀ ਕਹਿੰਦੇ ਹੋ? ਹਾਂਜੀ, ਜਾ ਕੇ ਹਰ ਇੱਕ ਕੋਲ ਜਾ ਕੇ ਦੇਖ ਲਿਆ ਜੀ, ਸਾਡੀ ਕੋਈ ਨਹੀਂ ਸੁਣਦਾ, ਕਰਨੇ ਆ ਜੀ ਕਰਨੇ ਆ, ਬਸ ਇਧਰੋਂ ਸੁਣਦੀ ਇਧਰੋਂ ਜੀ ਕੱਢ ਦਿੰਦੇ ਆ। ਜਦੋਂ ਪਾਣੀ ਦਾ ਬਿੱਲ ਲੈਂਦੇ ਆ ਤੇ ਕਿਉਂ ਨੀ ਪਾਣੀ ਪੂਰਾ ਦਿੰਦੇ? ਕਿਉਂ ਨੀ ਕਰਦੇ, ਕਿਉਂ ਨੀ ਕੋਈ ਕਰ ਸਕਦੇ, ਸਾਡੀ ਸੁਣਦੇ ਕੋਈ ਨੀ ਸਾਡੀ। ਠੀਕ ਹੈ, ਸਿਫਾਰਸ਼ ਸਾਡੀਆਂ ਹੋਣ ਆਪੇ, ਜੋ ਅਸੀਂ ਉਹ ਸਿਫਾਰਸ਼ਾਂ ਮੇਨ ਮੇਨ ਬਣਦੇ ਆ, ਕੋਈ ਜਾਣਾ ਚਾਹੀਦਾ ਹੈ। ਠੀਕ ਹੈ, ਜਿਹੜਾ ਛੋਟਾ ਬਲਬ ਵਾਲਾ ਉੱਥੇ ਪਾਣੀ ਦੀ ਬੜੀ ਸਮੱਸਿਆ ਦੀ, ਤੇ ਲੋਕਾਂ ਵੱਲ ਕਿਹਾ ਵੀ ਉਹ ਜਿਹੜਾ ਪਾਣੀ ਦਾ ਬੜਾ ਮੁਸ਼ਕ ਆਉਂਦੀ ਹੈ, ਨਾਲ ਗੰਦਲਾ ਆਉਂਦਾ, ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਲੱਗੇ ਪਤਾ ਇਹ ਕਹਿੰਦੇ ਜਿਹੜੇ ਵੀ ਛੋਟੇ ਬਾਗੋ ਵਿੱਚ ਵਾਟਰ ਸਪਲਾਈ ਦੀ ਜਿਹੜੀ ਸਪਲਾਈ ਹੈ ਉਹ ਪਬਲਿਕ ਹੈਲਥ ਦੁੱਧ ਦਿੱਤੀ ਜਾ ਰਹੀ ਹੈ, ਜੇ ਉੱਥੇ ਜਿਹੜਾ ਗੰਦੇ ਪਾਣੀ ਦੀ ਸਮੱਸਿਆ ਗਈ ਉੱਥੇ ਸੀਵਰੇਜ ਪਾਇਆ, ਸੀਵਰੇਜ ਬੋਰਡ ਵਾਲੇ ਨੇ ਸੀਵਰੇਜ ਬੋਰਡ ਵਾਲੇ ਪਾਇਆ ਗਿਆ ਗਾ, ਉਹਦੇ ਵਿੱਚ ਪੈਪਾਂ ਟੁੱਟਣ ਭੱਜਣ ਕਰਕੇ ਪਾਣੀ ਦੀ ਸਮੱਸਿਆ ਗੰਦਗੀ ਹੋ ਸਕਦੀ ਹੈ, ਉਹ ਸੀਵਰੇਜ ਬੋਰਡ ਨੇ ਦੇਖਣੀ ਹੈ, ਉਹਨਾਂ ਵੱਲੋਂ ਕੰਮ ਕਰਾਇਆ ਗਿਆ। ਤੇ ਜੇ ਅਸੀਂ ਗੱਲ ਕਰੀਏ ਉੱਥੇ ਨਾਲੀਆਂ ਵੀ ਨਹੀਂ ਸਾਫ਼ ਹੋਈਆਂ ਤੇ ਗੰਦ ਬੜਾ ਪਿਆ, ਕੀ ਕਹਿਣਾ ਚਾਹੁੰਦੇ? ਜਿਹੜੀ ਨਾਲੀ ਸਫਾਈ ਦੀ ਸਮੱਸਿਆ ਉਹ ਅਸੀਂ ਅੱਜ ਹੀ ਸੋਲਵ ਕਰਾਂਗੇ, ਜੇ ਕੋਈ ਪ੍ਰੋਬਲਮ ਹੋਗੀ ਤਾਂ ਕਰ ਲਾਂਗੇ ਸੋਲਵ। ਠੀਕ ਹੈ।
ਬਾਗੋਵਾਲ ਪਿੰਡ ਦੇ ਵਿੱਚ ਪਾਣੀ ਦੀ ਬੜੀ ਸਮੱਸਿਆ ਆ ਰਹੀ ਹੈ। ਜਿਹੜਾ ਪਾਣੀ ਦਾ ਉਹ ਗੰਧਲਾ ਹੁੰਦਾ ਬੜੀ ਮੁਸ਼ਕ ਬੜੀ ਹੁੰਦਾ। ਹਾਂਜੀ, ਉੱਥੋਂ ਦਾ ਰਹਿਣ ਵਾਲੇ ਜਿਹੜੇ ਕੀ ਲੋਕਾਂ ਦਾ ਕਹਿਣਾ, ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਜੀ, ਇਹ ਪਿੰਡ ਜਿਹੜਾ ਬਾਗੋਵਾਲ ਆ ਇਹ ਕਮੇਟੀ ਦੇ ਅੰਡਰ ਆ ਚੁੱਕਾ ਹੈ ਅਤੇ ਇਹਦੇ ਵਿੱਚ ਸੀਵਰੇਜ ਬੋਰਡ ਵੱਲੋਂ ਜੋ ਸੀਵਰ ਪਾਇਆ ਗਿਆ ਉਹ ਬਹੁਤ ਜ਼ਿਆਦਾ ਥਾਂ ਤੋਂ ਲੀਕੇਜ ਆ, ਥਾਂ ਥਾਂ ਤੋਂ ਉਹਦਾ ਪਾਣੀ ਲਗਲਗ ਲੱਗ ਰਿਹਾ। ਉਹਦੇ ਨਾਲ ਹੀ ਸਾਡੀ ਵਾਸਪਾਈ ਦੀ ਪਾਈਪ ਵੀ ਜਾ ਰਹੀ ਹੈ। ਜਦੋਂ ਇਹ ਸੀਵਰ ਪਾਇਆ ਗਿਆ ਸਾਨੂੰ ਤਾਂ ਬਿਲਕੁਲ ਨਹੀਂ ਪੁੱਛਿਆ ਗਿਆ, ਆਪਣੇ ਪੱਧਰ 'ਤੇ ਉਹਨਾਂ ਨੇ ਸੀਵਰ ਪਾਤਾ, ਉਹਨਾਂ ਨਾਲ ਤਾਲਮੇਲ ਕੀਤਾ ਜਾ ਰਿਹਾ। ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਆਪਣੀ ਸੀਵਰ ਦੀ ਜਿਹੜੀ ਲੀਕੇਜ ਹੈ ਇਹਨੂੰ ਬੰਦ ਕਰੋ, ਕਿਉਂਕਿ ਘਰਾਂ ਦੇ ਜਿਹੜੇ ਕਨੈਕਸ਼ਨ ਨੇ ਉਹ ਜੋ ਥੋੜ੍ਹਾ ਬੜਾ ਕਿਤੇ ਲੂਜ਼ ਹੁੰਦਾ ਤਾਂ ਉਹਦੇ ਵਿੱਚ ਉਹ ਮਿਕਸਿੰਗ ਹੋ ਜਾਂਦੀ ਹੈ। ਬਾਕੀ ਸਾਡੀ ਵਾਟਰ ਸਪਲਾਈ ਦੀ ਲੀਕੇਜ ਕੋਈ ਨਹੀਂ ਹੈਗੀ, ਉਹ ਸਿਰਫ ਲੀਕੇਜ ਜਿਹੜੀ ਆ ਉਹ ਸੀਵਰੇਜ ਦਾ ਪਾਣੀ ਜ਼ਿਆਦਾ ਲੀਕ ਹੋਣ ਕਰਕੇ ਕਿਤੇ ਨਾ ਕਿਤੇ ਮਿਕਸ ਹੋ ਜਾਂਦਾ। ਉਹ ਅਸੀਂ ਕੋਸ਼ਿਸ਼ ਕੀਤੀ ਹੈ, ਬਹੁਤ ਕਰ ਵੀ ਰਹੇ ਹਾਂ, ਲੱਭ ਰਹੇ ਹਾਂ, ਉਹਨਾਂ ਨਾਲ ਵੀ ਤਾਲਮੇਲ ਕਰਕੇ ਇਹਨੂੰ ਜਲਦੀ ਤੋਂ ਜਲਦੀ ਠੀਕ ਕਰ ਦਿਆ। ਹਾਂਜੀ, ਕੀ ਨਾਮ ਆਪਣਾ ਜੀ? ਸਰ, ਜਿਹੜੀ ਕਿਚਨ ਨੇ ਬਾਗੋਵਾਲ ਦੇ ਵਿੱਚ ਸੀਵਰੇਜ ਪਾਈ ਆ ਅਤੇ ਉਹਦਾ ਜਿਹੜਾ ਵਾਟਰ ਸਪਲਾਈ ਦਾ ਪਾਣੀ ਆ ਉਹ ਪਿੰਡ ਬਾਗੋਵਾਲ ਦੇ ਵਿੱਚ ਆਉਂਦਾ, ਉਹ ਜਿਹੜਾ ਪਾਣੀ ਬਹੁਤ ਗੰਦਾ, ਇੰਨਾ ਗੰਦਾ ਕਿ ਮੁਸ਼ਕ ਬੜੀ ਹੁੰਦੀ ਆ। ਜਦੋਂ ਵਾਟਰ ਸਪਲਾਈ ਨਾਲ ਗੱਲ ਕੀਤੀ ਉਹ ਕਹਿੰਦੇ ਸੀਵਰੇਜ ਵਾਲੇ ਜਦੋਂ ਅੱਜ ਉਹਨੇ ਸੀਵਰੇਜ ਦਾ ਕੰਮ ਚਾਲੂ ਕੀਤਾ ਅਤੇ ਸਾਨੂੰ ਇਨਫੋਰਮ ਨਹੀਂ ਕੀਤਾ ਅਤੇ ਜਿਹੜੀਆਂ ਵਿੱਚ ਪਾਈਪਾਂ ਲੀਕ। ਪਾਣੀ ਹੁਣ ਵੀ ਕੀ ਕਹਿੰਦੇ ਹੈਕਟ ਵੀ ਗੰਦਾ ਹੁੰਦਾ, ਅੱਜ ਮਾਰਨਿੰਗ ਟਾਈਮ ਅਸੀਂ ਵਿਜ਼ਿਟ ਜੇ ਕੰਪਲੀਟ ਕੀਤੀ ਜਾ ਰਹੀ ਹੈ ਬੰਦੇ ਭੇਜ ਦੇ ਸਰ। ਮਤਲਬ ਉਹਨਾਂ ਤੋਂ ਕਿਹਾ ਜਾ ਰਿਹਾ ਕਿ ਅਸੀਂ ਲੈਟਰ ਕਈ ਬੰਦੇ ਨੂੰ ਕਈ ਤਰਫਾ ਲੈਟਰ ਜਿਹੜੇ ਇਹਨਾਂ ਨੂੰ ਬਾਹਰ ਚੁੱਕੀ ਜਾਂਦੇ, ਲੇਕਿਨ ਇਹਨਾਂ ਨੇ ਸਰ ਲੈਟਰ ਆਇਆ ਸੀ ਨਾ ਸਾਡੇ ਕੋਲ, ਉਹ ਤਾਂ ਅਸੀਂ ਉਹਦੇ ਹਿਸਾਬ ਨਾਲ ਦੇਖਿਆ, ਅਤੇ ਬਾਕੀ ਤਾਂ ਜੇ ਸਾਡੇ ਨੋਲੇਜ ਹੁੰਦਾ ਫਿਰ ਅਸੀਂ ਕਰਾ ਦਿੰਦੇ, ਜਿੱਥੇ ਮਤਲਬ ਕਿਤੇ ਗੰਦਾ ਹੁੰਦਾ ਸਾਨੂੰ ਦੱਸ ਦੇ ਨਾ ਆਪਾਂ ਨੂੰ। ਜਿਹੜਾ ਵਾਟਰ ਸਪਲਾਈ ਵੱਲੋਂ 7-11 ਦਾ ਤਾਂ ਲੈਟਰ ਕਿਹੜੇ ਤੁਸੀਂ ਕਹਿੰਦੇ ਰਿਸੀਵ ਨਹੀਂ ਕੀਤਾ? 7-11 ਦਾ 14 ਤਰੀਕ ਹੋਈ ਹੈ ਸਰ, ਦੇਖ ਲੈਂਦੇ ਜੇ ਕਿਤੇ ਐਸ ਪੀ ਸਾਹਿਬ ਨੂੰ ਕਿਹਾ ਹੋਵੇ ਸਾਨੂੰ ਤੈਨੂੰ ਵਾਰ ਕਰ ਦਿੰਦੇ ਨਾ। ਖੱਡਾ ਪਿਆ ਸੀ ਨਾ ਬਰਸਾਤ ਤੋਂ ਬਾਅਦ ਪਿਆ ਸੀ ਸ਼ਾਇਦ, ਤਾਂ ਉਹਨਾਂ ਨੇ ਖੱਡੇ ਦਾ ਲਾਇਆ ਸੀ, ਮੀਂਹ ਵੀ ਖੱਡਾ ਪਿਆ, ਉਹਨੇ ਵਾਟਰ ਸਪਲਾਈ ਤੇ ਟੁੱਟ ਗਈ ਸੀ ਤਾਂ ਕਿਤੇ ਮਿੱਟੀ ਬਹਿ ਗਈ ਸੀ। ਸਵੇਰ ਦੇ ਅਸੀਂ ਘੁੰਮ ਰਹੇ ਹਾਂ, ਜੇ ਕਿਤੇ ਕੀ ਕਹਿੰਦੇ ਈਓ ਦਫ਼ਤਰ ਜਾਈਏ ਉਹ, ਹਾਂਜੀ ਉਹ ਕਹਿੰਦੇ ਵੀ ਜਿਹੜੇ ਕੀ ਕਹਿੰਦੇ ਵਾਟਰ ਸਪਲਾਈ ਜਿਹੜੀ ਬਾਹਰ ਦੇ ਪਿੰਡਾਂ ਦੇ ਰਹੀ, ਹਾਂਜੀ ਉਹ ਹਾਂਜੀ ਐਲੀਗੇਸ਼ਨ ਉਹਨਾਂ ਤੇ ਲਾ ਰਹੇ। ਜਦੋਂ ਉਹਨਾਂ ਕੋਲ ਪੁੱਛਿਆ ਉਹ ਕਹਿੰਦੇ ਵੀ ਜਿਹੜਾ ਸੀਵਰੇਜ ਵਾਲੇ ਨੇ ਸਹੀ ਨੀ ਕਨੈਕਸ਼ਨ ਕੀਤੇ, ਨਾ ਸਾਨੂੰ ਦੱਸਿਆ ਇਹ ਪ੍ਰੋਬਲਮ ਆ ਰਹੀ, ਤੇ ਪਰ ਕੀ ਕਹਿੰਦੇ ਮਸਲਾ ਤਾਂ ਪਾਣੀ ਦਾ, ਲੋਕਾਂ ਨੂੰ ਕਦੋਂ ਪਾਣੀ ਸਾਫ਼ ਮਿਲ ਗਿਆ? ਮੈਂ ਦੱਸਾਂ ਕੰਮ ਜਿਹੜੇ ਦੱਸਿਆ ਨੀ ਸਰ, ਦੇਖੋ ਜੀ ਆਪੇ ਸਾਲ ਹੋ ਸਾਡਾ ਸਾਲ ਕੰਮ ਚੱਲੇ ਸੀ, ਸਾਰਿਆਂ ਨੂੰ ਪਤਾ ਸੀ ਕੰਮ ਚੱਲਿਆ, ਜਿਹੜੀ ਵਰਸਾ ਖੁੱਲਦੀ ਸੀ ਉਹ ਆਪਾਂ ਨਾਲ ਦੇ ਨਾਲ ਰਿਪੇਅਰ ਕਰਦੇ ਸੀ, ਅਤੇ ਬਾਕੀ ਜਦੋਂ ਆਪਾਂ ਕੰਮ ਮੁਕੰਮਲ ਹੋ ਜਾਂਦਾ ਜੇ ਹੁਣ ਕੋਈ ਟੁੱਟੀ ਤਾਂ ਕਮੇਟੀ ਵਾਲੇ ਭੇਜ ਦਿੰਦੇ ਆਪਣੇ ਬੰਦੇ, ਅਤੇ ਲਾਸਟ ਟਾਈਮ ਜਿਹੜੀ ਹੋਈ ਸੀ ਉਹ ਰਿਪੇਅਰ ਕਰਾਤੀ ਸੀਗੀ, ਅਤੇ ਬਾਕੀ ਜੇ ਕੋਈ ਹੁਣ ਹੈਗੀ ਤਾਂ ਫਿਰ ਕੋਈ ਇਨਫੋਰਮ ਹੋਵੇ ਤਾਂ ਤੁਹਾਨੂੰ ਦੱਸਾਂਗੇ। ਸਿਰ ਲੈਟਰ 'ਚ ਇਹ ਆਇਆ ਸੀਗਾ ਜੀ ਲੀਕੇਜ ਹੋ ਰਹੀ ਹੈ, ਜਿਹੜੀ ਜਿਹੜੀ ਹੁੰਦੀ ਸੀ ਉਹ ਪਰ ਰਿਪੇਅਰ ਕਰਾਉਂਦੇ ਸੀਗੇ, ਅਤੇ ਹੁਣ ਜੇ ਵੀ ਹੱਥਾਂ ਹੁੰਦੇ ਐਮ ਸੀ ਵਾਲੇ ਕੋਈ ਫੋਨ ਨਹੀਂ ਆਇਆ ਸੀ ਕੋਈ ਲੀਕੇਜ ਇੱਦਾਂ ਨਹੀਂ ਹੈਗੀ ਸੀ, ਜੇ ਵੀ ਫੋਨ ਮੁੱਕੀ ਤਾਂ ਕੋਈ ਹੋਊਗੀ ਤਾਂ ਉੱਥੇ ਫਿਰ ਜਿਹੜਾ 7-11 ਦਾ ਲੈਟਰ ਆਇਆ ਉਹਦੇ ਵਿੱਚ ਕੀ ਕਹਿੰਦੇ ਵਿਸ਼ੇਸ਼ ਇਹੀ ਗੱਲ ਲਿਖੀਏ, ਤੁਹਾਨੂੰ ਜਿੱਦਾਂ ਅੱਜ ਕੱਲ੍ਹ ਬਰਸਾਤ ਦਾ ਮੌਸਮ ਆ, ਜੇ ਕਿਤੇ ਲੋਕ ਪਾਣੀ ਪੀਂਦੇ ਬਿਮਾਰ ਹੁੰਦੇ ਇਹ ਸਾਰੀ ਜ਼ਿੰਮੇਵਾਰੀ ਸੀਵਰੇਜ ਵਾਲਿਆਂ ਦੀ ਹੋਏਗੀ, ਕੀ ਕਹਿਣਾ ਚਾਹੁੰਦੇ? ਸਰ ਜ਼ਿੰਮੇਦਾਰੀ ਸੀਵਰੇਜ ਦੀ ਕਿੱਦਾਂ ਕਿੱਦਾਂ ਹੋਏਗਾ? ਅਸੀਂ ਤਾਂ ਸੀਵਰੇਜ ਆਪਣਾ ਕੰਮ ਪਾਇਆ ਜੀ, ਉਹਨਾਂ ਆਪਣਾ ਕੰਮ ਕਰਦਾ ਸੀ ਅਤੇ ਸਾਡਾ ਕੰਮ ਮੁਕੰਮਲ ਹੋ ਗਿਆ, ਅਤੇ ਹੁਣ ਸਰ ਮੰਨ ਲਓ ਕੋਈ ਲੀਕੇਜ ਹੋਊਗੀ ਕੁਛ ਹੋਊਗਾ ਉਹ ਤਾਂ ਫਿਰ ਆਪਣਾ ਕੰਸਰਨ ਡਿਪਾਰਟਮੈਂਟ ਵੀ ਕਰੋਗੇ। ਸਰ ਉਹਨਾਂ ਵੱਲੋਂ ਗਿਆ ਸੜਕ ਦੇ ਰੋਡ 'ਤੇ ਪਾਉਂਦੇ ਪਏ ਅਤੇ ਉੱਥੇ ਕੋਈ ਨਾ ਕੋਈ ਡੈਮੇਜ ਤਾਂ ਮੈਨੂਅਲ ਬਣਨਾ, ਪੂਰੀ ਸੜਕ ਦੇ ਵਿੱਚ ਬਣਦਾ ਉਹ, ਅਤੇ ਉਹ ਰਿਕਸ਼ਿਆਂ ਨੂੰ ਵਾਟਰ ਸਪਲਾਈ ਕਿਤੇ ਉਹਨਾਂ ਨੂੰ ਡਿਸਕਨੈਕਟ ਕਰਨੀ ਪੈਂਦੀ, ਕਿਉਂਕਿ ਆਪਾਂ ਮੈਨੂਅਲ ਬਣਾ ਕੇ ਸਾਈਡ ਤੋਂ ਲਗਾ ਦਿੰਦੇ, ਉਹ ਸਿਰਫ ਆਪਾਂ ਜੋੜਦੇ ਸੀ ਨਾ, ਜਿਹੜੀ ਕੋਈ ਡੈਮੇਜ ਹੋਊਗੀ ਉਹ ਤਾਂ ਆਪਾਂ ਜੋੜ